ਜੇ ਤੁਸੀਂ ਵੀ ਇਹਨਾਂ ਐਪਸ ਤੋਂ ਲੋਨ ਲੈਣ ਦੀ ਸੋਚਦੇ ਹੋ ਤਾਂ ਉਮੀਦ ਛੱਡ ਦਿਓ ਕਿਉਂਕਿ ਗੂਗਲ ਇਹਨਾਂ ਐਪਸ ਦੇ ਉੱਪਰ ਲੈਣ ਜਾ ਰਿਹਾ ਹੈ ਸਖਤ ਐਕਸ਼ਨ। ਸਤਿ ਸ਼੍ਰੀ ਅਕਾਲ ਜੀ, ਲਿਵਿੰਗ ਇੰਡੀਆ ਨਿਊਜ਼ ਦੇ ਖੇ ਦਰਸ਼ਕਾਂ ਦਾ ਮੈਂ ਨੂਰ ਵਰਜੋਤ ਕਰਦੀ ਹਾਂ ਸਵਾਗਤ। ਸੋਸ਼ਲ ਮੀਡੀਆ ਤੇ ਜਦੋਂ ਵੀ ਕੋਈ ਆਪਾਂ ਸਾਈਟ ਖੋਲਦੇ ਆ, ਚਾਹੇ ਫੇਸਬੁੱਕ ਖੋਲ ਲਈ, ਚਾਹੇ ਇੰਸਟਾਗ੍ਰਾਮ ਖੋਲ ਲਿਆ, ਤਾਂ ਸਾਨੂੰ ਨੋਟੀਫਿਕੇਸ਼ਨ ਆਉਣ ਲੱਗ ਜਾਂਦੀਆਂ ਨੇ ਆਨਲਾਈਨ ਲੋਨ ਐਪਸ ਦੀਆਂ। ਉਹ 'ਚ ਕਿਹਾ ਜਾਂਦਾ ਹੈ ਕਿ ਤੁਹਾਨੂੰ 5 ਲੱਖ ਦਾ ਲੋਨ ਦੇ ਦਾਂਗੇ, ਲਿਮਿਟ 15 ਲੱਖ ਤੱਕ ਚੱਲ ਜਾਏਗੀ, ਤੁਸੀਂ ਆਨਲਾਈਨ ਲੋਨ ਲੈ ਸਕਦੇ ਹੋ ਇਹਨਾਂ ਐਪਸ ਦੇ ਥਰੂ। ਪਰ ਦੋਸਤੋ, ਜੇ ਤੁਸੀਂ ਲੈਣ ਦੀ ਸੋਚ ਰਹੇ ਹੋ ਇਹਨਾਂ ਐਪਸ ਤੋਂ ਲੋਨ, ਜਾਂ ਤੁਹਾਨੂੰ ਕਿਸੇ ਨੇ ਦੱਸਿਆ ਕਿ ਇੱਥੋਂ ਲੋਨ ਲੈਣਾ, ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਲੋਨ ਨਾ ਲਓ। ਪਰ ਤੁਸੀਂ ਜਿਹੜੇ ਐਪਸ ਬਾਰੇ ਸੋਚ ਰਹੇ ਹੋ, ਇੱਕ ਵਾਰ ਗੂਗਲ ਪਲੇ ਸਟੋਰ 'ਤੇ ਚੈੱਕ ਜ਼ਰੂਰ ਕਰ ਲਿਓ, ਕਿਉਂਕਿ ਹੋ ਸਕਦਾ ਜਿਹੜੇ ਐਪ 'ਤੇ ਤੁਸੀਂ ਲੋਨ ਲੈਣਾ ਉਹ ਪਲੇ ਸਟੋਰ 'ਤੇ ਨਾ ਹੋਏ। ਦਰਅਸਲ ਗੂਗਲ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਇਹਨਾਂ ਐਪਸ ਦੇ ਉੱਪਰ। ਸ਼ਿਕਾਇਤਾਂ ਇਹ ਮਿਲੀਆਂ ਨੇ ਕਿ ਜ਼ਿਆਦਾ ਵਿਆਜ ਦਰਾਂ ਜਿਹੜੀਆਂ ਇਹਨਾਂ ਨੇ ਵਧਾਈਆਂ ਨੇ, ਔਰ ਪਲੇ ਸਟੋਰ ਦੀ ਜਿਹੜੀ ਪਾਲਿਸੀ ਹੈ ਉਹਨੂੰ ਇਹ ਫੋਲੋ ਨਹੀਂ ਕਰ ਰਹੇ। ਦੂਜੀ ਗੱਲ ਇਹ ਹੈ ਕਿ ਇਹ ਜਿਹੜੇ ਪੈਸੇ ਜਿਹੜਾ ਲੋਨ ਦਿੰਦੇ ਨੇ, ਵਿਆਜਤਾ ਦਿੰਦੇ ਨੇ ਜਦੋਂ ਪੈਸੇ ਦਿੰਦੇ ਨੇ, ਔਰ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਰੱਖਦੇ ਨੇ ਉਹ ਵੀ ਬੜੀਆਂ ਅਪਮਾਨਜਨਕ ਹੁੰਦੀਆਂ ਨੇ। ਇਸ ਦੇ ਚੱਲਦਿਆਂ ਹੀ 2000 ਔਨਲਾਈਨ ਜਿਹੜੇ ਐਪ ਸੀਗੇ ਇਹ ਬਲੌਕ ਕਰ ਦਿੱਤੇ ਗਏ। ਹੋ ਸਕਦਾ ਕਿ ਤੁਸੀਂ ਜਿਸ ਐਪ 'ਤੇ ਪਰਸਨਲ ਲੋਨ ਲਿਆ ਹੋਇਆ ਜਾਂ ਲੋਨ ਲੈਣ ਦੀ ਸੋਚ ਰਹੇ ਹੋ ਉਹ ਪਲੇ ਸਟੋਰ ਦੇ ਉੱਪਰ ਨਜ਼ਰ ਨਾ ਆਏ। ਗੂਗਲ ਨੇ ਭਾਰਤ ਦੇ ਵਿੱਚ ਆਪਣੇ ਐਪ ਮਾਰਕੀਟਿੰਗ ਪਲੇਸ ਦੇ ਉੱਪਰ ਕਰੀਬ 2000 ਪਰਸਨਲ ਲੋਨ ਐਪ ਬਲੌਕ ਕਰ ਦਿੱਤੇ ਨੇ। ਗੂਗਲ ਦੇ ਮੁਤਾਬਿਕ ਇਹ ਐਪ ਉਹਦੀਆਂ ਨੀਤੀਆਂ ਦੀ ਉਲੰਘਣਾ ਕਰ ਰਹੀ ਸੀ। ਗੂਗਲ ਏਸ਼ੀਆ ਪੈਸੀਫਿਕ ਦੇ ਸੀਨੀਅਰ ਡਾਇਰੈਕਟਰ ਅਤੇ ਟਰੱਸਟ ਐਂਡ ਸੇਫਟੀ ਹੈਕ ਸੈਕਿੰਡ ਮਿਸ਼ਰਾ ਨੇ ਕਿਹਾ ਕਿ ਪਲੇ ਸਟੋਰ ਤੋਂ ਵੱਡੇ ਪੈਮਾਨੇ ਦੇ ਨਾਲ ਲੋਨ ਐਪ ਹਟਾਏ ਗਏ ਨੇ। ਮੈਂ ਕਹਿ ਸਕਦਾ ਕਿ ਅੱਧੇ ਤੋਂ ਜ਼ਿਆਦਾ ਐਪ ਅਜਿਹੇ ਨੇ ਕਿ ਹੁਣ ਪਲੇ ਸਟੋਰ ਦੇ ਉੱਪਰ ਉਪਲਬਧ ਨਹੀਂ ਹੋਣਗੇ। ਮਿਸ਼ਰਾ ਨੇ ਇਹ ਵੀ ਕਿਹਾ ਕਿ ਗੂਗਲ ਲੰਬੇ ਸਮੇਂ ਤੋਂ ਕੁਝ ਸੰਬੰਧਿਤ ਪੱਖਾਂ ਦੇ ਨਾਲ ਕੰਮ ਕਰ ਰਹੀ ਸੀ। ਸਰਕਾਰੀ ਏਜੰਸੀਆਂ, ਮੀਡੀਆ ਅਤੇ ਯੂਜ਼ਰ ਰੈਫਲਰਸ ਇਹਨਾਂ ਦੇ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਕੰਪਨੀ ਨੇ ਪਲੇ ਸਟੋਰ ਦੇ ਉੱਪਰ ਨਿਯਮਾਂ ਦਾ ਉਲੰਘਣ ਕਰਨ ਵਾਲੇ ਲੋਕਾਂ ਦੇ ਉੱਪਰ ਨਜ਼ਰ ਰੱਖਣ ਦੇ ਲਈ ਆਪਣਾ ਆਰਟੀਫਿਸ਼ੀਅਲ ਇੰਟੈਲੀਜੈਂਸ ਮਕੈਨਿਜ਼ਮ ਰੱਖਿਆ ਹੋਇਆ। ਇਹਦੇ ਵਿੱਚ ਜੋ ਚੀਜ਼ਾਂ ਸਾਹਮਣੇ ਆਈਆਂ ਉਹਨਾਂ ਦੇ ਆਧਾਰ ਦੇ ਉੱਪਰ ਪਲੇ ਸਟੋਰ ਤੋਂ ਇਹ ਐਪ ਹਟਾਏ ਗਏ ਨੇ। ਮਿਸ਼ਰਾ ਦਾ ਕਹਿਣਾ ਹੈ ਕਿ ਬਿਜ਼ਨਸ ਦੇ ਗਲਤ ਤਰੀਕੇ ਅਪਣਾਉਣ ਵਾਲੇ ਐਪ ਨੂੰ ਬਲੌਕ ਕਰਨਾ ਭਾਰਤ ਦੇ ਮੁਕਾਬਲੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਤੋਂ ਜ਼ਿਆਦਾ ਆਸਾਨ ਹੈ। ਉੱਥੇ ਕੇਵਲ ਸਰਕਾਰ ਨੇ ਮਾਨਤਾ ਪ੍ਰਾਪਤ ਐਪ ਜਿਹੜੇ ਨੇ ਉਹੀ ਲੋਨ ਦੇ ਸਕਦੇ ਨੇ। ਉੱਥੇ ਕੇਵਲ ਸਰਕਾਰ ਦੇ ਮਾਨਤਾ ਪ੍ਰਾਪਤ ਐਪ ਹੀ ਨੇ ਜਿਹੜੇ ਲੋਨ ਦੇ ਸਕਦੇ। ਗੂਗਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਲੇ ਸਟੋਰ ਦੇ ਉੱਪਰ ਜੋ ਐਪ ਬਲੌਕ ਕੀਤੇ ਗਏ ਨੇ ਉਹਨਾਂ ਦੇ ਬਾਰੇ ਜ਼ਰੂਰੀ ਰੂਪ ਦੇ ਵਿੱਚ ਸਹੀ ਨਹੀਂ ਕਿਹਾ ਜਾ ਰਿਹਾ। ਜ਼ਰੂਰਤ ਤੋਂ ਜ਼ਿਆਦਾ ਵਿਆਜ ਦਰਾਂ, ਉੱਚੀ ਪ੍ਰੋਸੈਸਿੰਗ ਫੀਸ ਅਤੇ ਅਪਾਰਜਨਕ ਸ਼ਰਤਾਂ ਦੇ ਉੱਪਰ ਲੋਨ ਦੇ ਰਹੇ ਨੇ। ਇਹਨਾਂ ਨੂੰ ਹਟਾਉਣ ਦੇ ਲਈ ਕੰਪਨੀ ਨੇ ਆਪਣੇ ਮਾਪਦੰਡ ਵਰਤੇ ਨੇ। ਹਾਲਾਂਕਿ ਔਨਲਾਈਨ ਲੈਂਡਿੰਗ 'ਤੇ ਵੀ ਇਸ ਤਰ੍ਹਾਂ ਦੇ ਢੇਰ ਮਸਲੇ ਸਾਹਮਣੇ ਆਏ ਨੇ, ਜਿਸ ਦੇ ਚੱਲਦਿਆਂ ਸਰਕਾਰੀ ਏਜੰਸੀਆਂ ਅਤੇ RBI ਨੂੰ ਆਪਣੇ ਨਿਯਮ ਜਿਹੜੇ ਨੇ ਸਖ਼ਤ ਕਰਨੇ ਪਏ। ਕੰਪਨੀ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਲੌਕ ਕੀਤੇ ਗਏ ਐਪ ਦੇ ਡਿਵੈਲਪਰਾਂ ਦੇ ਨਾਲ ਸੰਬੰਧ ਚੀਨ ਤੋਂ ਹੈ ਜਾਂ ਨਹੀਂ। ਸੋ ਇਹ ਕੁਝ 2000 ਅਜਿਹੇ ਔਨਲਾਈਨ ਐਪ ਸੀਗੇ ਜਿਨ੍ਹਾਂ ਤੋਂ ਅਸੀਂ ਲੋਨ ਲੈਂਦੇ ਸੀਗੇ, ਔਰ ਗੂਗਲ ਨੇ ਵੀ ਇਹ ਸਪੱਸ਼ਟ ਕੀਤਾ ਹੈ ਕਿ ਸ਼ਾਇਦ ਇਹਨਾਂ ਦੇ ਚੀਨ ਦੇ ਨਾਲ ਵੀ ਲਿੰਕ ਹੋ ਸਕਦੇ ਨੇ। ਔਰ ਦੂਜੇ ਪਾਸੇ ਜੇ ਗੱਲ ਕਰ ਲਈਏ ਤਾਂ ਅਪਮਾਨਜਨਕ ਸ਼ਰਤਾਂ ਇਹਨਾਂ ਨੇ ਰੱਖੀਆਂ ਹੋਈਆਂ ਸੀਗੀਆਂ, ਜ਼ਿਆਦਾ ਵਿਆਜ ਦਰ ਸੀ, ਪਲੇ ਸਟੋਰ ਦੀ ਗਾਈਡਲਾਈਨ ਜਿਹੜੇ ਸੀ ਫੋਲੋ ਨਹੀਂ ਕਰ ਰਹੇ। ਜਿਹੜੇ ਸਰਕਾਰ ਦੇ ਨਾਲ ਰਜਿਸਟਰਡ ਐਪ ਹੋਣਗੇ ਉਹੀ ਸਿਰਫ ਵਰਕ ਕਰ ਸਕਦੇ ਨੇ। ਜੇ ਆਪਾਂ ਗੱਲ ਕਰ ਲਈ ਆਲਤੂ ਫਾਲਤੂ ਐਪ ਅਸੀਂ ਕੋਈ ਦੇਖ ਲੈਂਦੇ ਹਾਂ, ਕੋਈ ਸਾਨੂੰ ਦੱਸ ਦਿੰਦਾ, ਇਸ ਤਰ੍ਹਾਂ ਦਾ ਐਪ ਤੁਹਾਨੂੰ ਦੋਸਤੋ ਨਹੀਂ ਮਿਲਣ ਵਾਲਾ। ਸੋ ਇਹਨਾਂ ਧੋਖਿਆਂ ਤੋਂ ਬਚੋ। ਇਸ ਤਰ੍ਹਾਂ ਦੇ ਐਪਸ ਤੋਂ ਵੀ ਤੁਹਾਨੂੰ ਜੇ ਕਹੀਏ ਤਾਂ ਬਚਣ ਦੀ ਲੋੜ ਹੈ। ਜੇਕਰ ਕੋਈ ਜ਼ਿਆਦਾ ਬੈਸਟ ਐਪ ਹੈ, ਜ਼ਿਆਦਾ ਉਹਦੀ ਰੇਟਿੰਗ ਹੈ, ਵਧੀਆ ਯੂਜ਼ ਕੀਤਾ ਹੋਇਆ, ਤਾਂ ਉਹ 'ਤੇ ਜ਼ਰੂਰ ਤੁਸੀਂ ਜਿਹੜਾ ਲੋਨ ਵੀ ਕਰਵਾ ਸਕਦੇ ਹੋ। ਸੋ ਕਿੱਦਾਂ ਦੀ ਲੱਗੀ ਜਾਣਕਾਰੀ ਕਮੈਂਟ ਕਰਕੇ ਜ਼ਰੂਰ ਦੱਸਣਾ। ਇਸੇ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਮਿਲਦੇ ਰਹਾਂਗੇ। ਜੁੜੇ ਰਹੋ ਸਾਡੇ ਨਾਲ। ਵੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਮੈਨੂੰ ਦਿਆ ਗਿਆ, ਸਤਿ ਸ਼੍ਰੀ ਅਕਾਲ।